ਤੇ ਕੀ ਬੋਲੀਏ ਜਿਹਦੇ ਨਾਲ ਦਰਬਾਰ ਦੀ ਪ੍ਰਾਪਤੀ ਹੋ ਜਾਏ, ਪਰਮ ਰਸ ਦੀ ਪ੍ਰਾਪਤੀ ਹੋ ਜਾਏ, ਮੋਖ ਦੀ ਪ੍ਰਾਪਤੀ ਹੋ ਜਾਏ। ਤਾਂ ਸਾਹਿਬ ਦੱਸਦੇ ਨੇ ਮੁਕਤੀ ਤੇ ਫਿਰ ਇੰਜ ਮਿਲੇਗੀ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਹੋਵੇ ਉਦੋਂ ਬੈਠ ਜਾ ਤੇ ਉਸ ਵਕਤ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰ, ਉਹਦੇ ਨਾਮ ਦਾ ਜਪ ਕਰ। ਹਰ ਨਾਮ ਗੁਣਾਤਮਕ ਨਾਮ ਹੈ, ਜੈਸੇ ਵਾਹਿਗੁਰੂ ਏ ਈਸ਼ਵਰ ਤੂੰ ਆਸ਼ਚਰਜ ਹੈ, ਮਹਾਨ ਹੈ, ਅੰਧਕਾਰ ਨੂੰ ਦੂਰ ਕਰਕੇ ਚਾਨਣਾ ਦੇਣਾ ਹੈ, ਇਹ ਗੁਣ ਇਹਦਾ ਉਚਾਰਨ ਕਰ। ਵਾਹਿਗੁਰੂ 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 ਇਹ ਧੁਨ ਅਲਾਪ, ਕਾਮਨਾ ਨੂੰ ਇੱਕ ਪਾਸੇ ਰੱਖ ਕੇ। ਇਹਦੇ ਨਾਲ ਕੀ ਹੋਵੇਗਾ, ਤੇਰੇ ਤੇ ਨਦਰ ਹੋ ਜਾਏਗੀ, ਬਖਸ਼ਿਸ਼ ਹੋ ਜਾਏਗੀ, ਮੋਖ ਦੁਆਰ ਦੀ ਪ੍ਰਾਪਤੀ ਹੋਵੇਗੀ। ਪਰ ਜੇ ਤੂੰ ਕਾਮਨਾ ਨਾਲ ਕੀਤਾ ਤਾਂ ਕਰਮੀ ਆਵੇ ਕੱਪੜਾ, ਉਹਨਾਂ ਕਰਮਾਂ ਕਰਕੇ ਜੋ ਤੂੰ ਕਾਮਨਾ ਨਾਲ ਕੀਤੇ, ਬਾਰ ਬਾਰ ਜਨਮ ਮਰਨ ਚੱਲਦਾ ਰਹੇਗਾ, ਕਾਮਨਾ ਦੀ ਪੂਰਤੀ ਹੁੰਦੀ ਰਹੇਗੀ, ਜਨਮ ਮਰਨ ਚੱਲਦਾ ਰਹੇਗਾ, ਸਿਲਸਿਲਾ ਚੱਲਦਾ ਰਹੇਗਾ। ਨਦਰੀ ਮੋਖ ਦੁਆਰ ਬਖਸ਼ਿਸ਼ ਨਾਲ, ਉਹਦੀ ਰਹਿਮਤ ਨਾਲ ਮੁਕਤੀ ਮਿਲੇਗੀ। ਪਰ ਕਿਸ ਤਰ੍ਹਾਂ ਮਿਲੇਗੀ, ਜਦ ਅੰਮ੍ਰਿਤ ਵੇਲੇ ਤੂੰ ਕਾਮਨਾ ਨੂੰ ਇੱਕ ਪਾਸੇ ਕਰਕੇ ਜਪ ਕਰੇਗਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੋਟੇ ਨਾਈ। ਈਰਾਨ ਦਾ ਸੂਫੀ ਫਕੀਰ ਕਹਿੰਦਾ, ਦੁਆ ਕੁੰਬਾ ਸ਼ਬ ਚੋਂ ਗਦਾਇਆ ਸੋਜ, ਅਗਰ ਮੇ ਕੁਨੀ ਬਾਦਸ਼ਾਹੀ ਬਰੋਜ਼। ਜੇ ਤੂੰ ਦਿਨ ਨੂੰ ਮਨੁੱਖਾਂ ਦੇ ਚ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ, ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾਇਆ ਕਰ, ਭਿਖਾਰੀ ਬਣ ਜਾਇਆ ਕਰ, ਭਿਖਾਰੀ ਬਣ ਕੇ ਜੋ ਹੈ ਜਪ ਕਰ। ਤਾਂ ਹੁਣ ਮੈਂ ਅਰਜ਼ ਕਰਾਂ, ਜਿਸ ਜਿਸ ਕਰਮ ਨੂੰ ਭਾਵਨਾ ਨਾਲ ਕਰੀਏ, ਉਹਦੇ 'ਚੋਂ ਇੱਕ ਦਿਨ ਨਾਮ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜੇ ਜਿਹੜੇ ਕਰਮ ਕਾਮਨਾ ਕਰਕੇ ਕਰੀਏ, ਉਹਦੇ ਸੰਸਾਰਿਕ ਤੌਰ 'ਤੇ ਉਪਲਬਧੀ ਆਉਂਦੀ ਹੈ। ਤਾਂ ਕਾਮਨਾ ਕਰਕੇ ਦੁਕਾਨ 'ਤੇ ਬੈਠੀਏ, ਬਾਜ਼ਾਰ ਵਿੱਚ ਜਾਈਏ, ਫੈਕਟਰੀ 'ਚ ਜਾਈਏ, ਠੀਕ ਹੈ। ਕਾਮਨਾ ਕਰਕੇ ਗੁਰਦੁਆਰੇ ਆ ਗਏ ਤਾਂ ਫਿਰ ਇੰਝ ਹੀ ਹੈ, ਬੰਦਾ ਜਿਵੇਂ ਦਫ਼ਤਰ 'ਚ ਆਇਆ, ਫੈਕਟਰੀ ਦੇ 'ਚ ਆਇਆ, ਗੁਸਤਾਖੀ ਮਾਫ਼। ਭਾਵਨਾ ਕਰਕੇ ਆਈਏ, ਪਿਆਰ ਕਰਕੇ ਆਈਏ, ਭਰੋਸਾ। ਸਿਰਫ ਜਪ ਕਰਨਾ, ਸਿਰਫ ਉਸਦੀ ਕੀਰਤੀ ਸੁਣਨੀ ਹੈ, ਫਲ ਪਰਮਾਤਮਾ ਦੇ ਛੋੜ ਦੇਣਾ, ਆਪਣੀ ਕੋਈ ਇੱਛਾ ਨਹੀਂ ਜੋੜਨੀ, ਆਪਣੀ ਕੋਈ ਕਾਮਨਾ ਨਹੀਂ ਜੋੜਨੀ। ਇਹਨੂੰ ਕਹਿੰਦੇ ਨੇ ਕਰਮ ਕਰਤ ਹੋਵੇ ਨਹਿ ਕਰਮ, ਤਿਸ ਬੈਸਨੋਂ ਕਾ ਨਿਰਮਲ ਧਰਮ। ਇਹ ਨਿਰਮਲ ਧਰਮ ਹੈ ਕਿ ਕਰਮ ਤੇ ਕੀਤਾ, ਗੁਰਦੁਆਰੇ ਆਇਆ, ਆਪਣੀ ਕਾਮਨਾ ਇੱਕ ਪਾਸੇ ਰੱਖ ਦਿੱਤੀ ਹੈ, ਬਾਣੀ ਤੇ ਪੜ੍ਹੀਏ, ਆਪਣੀ ਕਾਮਨਾ ਇੱਕ ਪਾਸੇ ਰੱਖ ਛੱਡੀਏ, ਪਰਮਾਤਮਾ ਦੇ ਛੋੜ ਦਿੱਤਾ, ਜਪ ਕੀਤਾ, ਕਥਾ ਕੀਰਤਨ ਸੁਣਿਆ, ਪਰ ਬਾਕੀ ਫਲ ਪਰਮਾਤਮਾ ਦੇ ਛੋੜ ਦਿੱਤਾ, ਜੋ ਤੇਰੀ ਮਰਜ਼ੀ। ਤੋ ਇਸ ਤਰ੍ਹਾਂ ਜੋ ਪਰਮਾਤਮਾ ਤੇ ਛੋੜ ਦਿੰਦਾ ਹੈ, ਪਰਮਾਤਮਾ ਲੋਕ ਪਰਲੋਕ ਦੋਹਾਂ ਉਸਦਾ ਸੁਹੇਲਾ ਕਰ ਦਿੰਦਾ ਹੈ। ਪਰ ਜੋ ਕਾਮਨਾ ਜੋੜਦਾ ਹੈ, ਲੋਕ ਤੇ ਸੁਹੇਲਾ ਹੁੰਦਾ ਹੈ, ਪਰਲੋਕ ਨਹੀਂ ਆਉਂਦਾ। ਸੰਸਾਰਿਕ ਪਦਾਰਥਾਂ ਦੀ ਪੂਰਤੀ ਤੇ ਹੋ ਜਾਂਦੀ ਹੈ, ਪਰਮਾਤਮਾ ਦਾ ਮਿਲਾਪ ਨਹੀਂ ਆਉਂਦਾ। ਪਰ ਜੋ ਪਰਮਾਤਮਾ ਤੇ ਹੀ ਛੋੜ ਦਿੰਦਾ ਹੈ, ਭਾਵਨਾ ਕਰਕੇ ਕਰਦਾ ਹੈ, ਉਹਦਾ ਲੋਕ ਵੀ ਸੁਹੇਲਾ ਹੋ ਜਾਂਦਾ ਹੈ, ਉਹਦਾ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਇਸ ਵਾਸਤੇ ਕਬੀਰ ਕਹਿੰਦੇ ਨੇ, ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਇਹ ਜਿਹੜੇ ਦੁਨੀਆ ਹੈ, ਇਹ ਜਿਹੜੇ ਧਾਰਮਿਕ ਕਰਮ ਕਰਦੀ ਹੈ ਤੇ ਲੱਸੀ ਪੀਂਦੀ ਹੈ, ਮੱਖਣ ਸੰਤ ਖਾਂਦੇ ਨੇ। ਕਾਰਨ, ਉਹ ਭਾਵਨਾ ਕਰਕੇ ਕਰਮ ਕਰਦੇ ਨੇ, ਉਹਨਾਂ ਨੂੰ ਪਦਾਰਥ ਵੀ ਮਿਲ ਜਾਂਦੇ ਨੇ, ਪਰਮਾਤਮਾ ਦਾ ਪਰਮ ਰਸ ਵੀ ਮਿਲਦਾ ਹੈ, ਸੰਸਾਰ ਦੇ 'ਚ ਵੀ ਉਹਨਾਂ ਦੀ ਉੱਨਤੀ ਹੋ ਜਾਂਦੀ ਹੈ, ਪ੍ਰਭਤਾ ਬਣ ਜਾਂਦੀ, ਹਰ ਗੱਲੋਂ ਅੱਗੇ ਹੋ ਜਾਂਦੇ ਨੇ, ਔਰ ਪਰਲੋਕ ਵੀ ਉਹਨਾਂ ਦਾ ਸਫਰ ਹੋ ਜਾਂਦਾ ਹੈ। ਪਰ ਜੋ ਸਿਰਫ ਕਾਮਨਾ ਕਰਕੇ ਕਰਦੇ ਨੇ, ਉਹ ਸਿਰਫ ਸੰਸਾਰਿਕ ਤਲ 'ਤੇ ਉੱਨਤ ਹੋ ਜਾਂਦੇ ਨੇ,
ਪਰਮਾਰਥ ਦੀ ਦੁਨੀਆ ਵਿੱਚ ਨਹੀਂ। ਇਸ ਵਾਸਤੇ ਕਬੀਰ ਕਹਿੰਦੇ ਨੇ ਸੰਤ ਫਿਰ ਸਿਆਣੇ ਨੇ, ਗੁਰਮੁਖ ਫਿਰ ਸਿਆਣੇ ਨੇ, ਉਹ ਭਾਵਨਾ ਜੋੜਦੇ ਨੇ ਅਤੇ ਹਰ ਪਾਸੋਂ ਉਹਨਾਂ ਦੀ ਗਤੀ ਹੋ ਜਾਂਦੀ ਹੈ। ਬੜਾ ਕਠਿਨ ਕਿ ਕਾਮਨਾ ਕੁਛ ਵੀ ਨਾ ਹੋਵੇ ਅਤੇ ਸਾਰੇ ਧਾਰਮਿਕ ਕਰਮ ਕਰੀਏ, ਜਦਕਿ ਅੱਜ ਦਾ ਤਾਰਕਿਕ ਕਹਿੰਦਾ ਬਿਨਾਂ ਕਾਮਨਾ ਤੋਂ ਕਰਮ ਹੋ ਨਹੀਂ ਸਕਦਾ। ਸਤਿਗੁਰ ਦੀ ਬਾਣੀ ਕਹਿੰਦੀ ਹੈ ਔਰ ਸਾਡੇ ਦੇਸ਼ ਦੇ ਬਾਕੀ ਰਿਸ਼ੀ ਮੁਨੀ ਨਹੀਂ, ਕਰਮ ਕੁਛ ਐਸੇ ਵੀ ਨੇ ਜੋ ਭਾਵਨਾ ਕਰਕੇ ਕੀਤੇ ਜਾਂਦੇ ਨੇ, ਭਰੋਸੇ ਕਰਕੇ ਕੀਤੇ ਜਾਂਦੇ ਨੇ, ਪਿਆਰ ਕਰਕੇ ਕੀਤੇ ਜਾਂਦੇ ਨੇ। ਅਗਰ ਜੋੜ ਦਈਏ ਤਾਂ ਉਸਦਾ ਜਿਹੜਾ ਫਲ ਹੈ ਉਹ ਹੈ ਨਿਰੰਕਾਰ ਦੀ ਪ੍ਰਾਪਤੀ। ਭਾਵਨਾ ਨਾਲ ਕਰਮ ਕਰੀਏ ਸੁਰਤ ਪਰਮਾਤਮਾ ਦੇ ਨੇੜੇ ਚਲੀ ਗਈ, ਔਰ ਜਿਤਨੀ ਕਾਮਨਾ ਕਰਕੇ ਕਰਾਂਗੇ ਸੁਰਤ ਦੂਰ ਜਾਏਗੀ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਇਤਨਾ ਕੁਛ ਕਰਦਿਆਂ ਹੋਇਆ ਵੀ ਜੇ ਨੇੜਤਾ ਪਰਮਾਤਮਾ ਦੀ ਨਸੀਬ ਨਹੀਂ ਹੋਈ ਤਾਂ ਕਰਮਾਂ ਦੇ ਪਿੱਛੇ ਸੀ ਕਾਮਨਾ। ਤੋ ਮੂਲ ਗੱਲ ਕਾਮਨਾ ਦੀ ਰੱਬ ਦੀ ਗੱਲ ਨਹੀਂ ਹੈ, ਇਤਨੀ ਮੈਂ ਅਰਜ਼ ਕਰਾਂ, ਰੱਬ ਦੀ ਗੱਲ ਕਤਈ ਨਹੀਂ ਹੈ। ਮੈਂ ਇੱਕ ਦਿਨ ਸੂਫੀ ਫਕੀਰ ਹਸਨ ਦੀ ਜੀਵਨ ਕਥਾ ਪੜ੍ਹ ਰਿਹਾ ਸੀ, ਉਹਦੀ ਇੱਕ ਸਾਖੀ, ਉਹਦੀ ਇੱਕ ਕਹਾਣੀ, ਉਸਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ। ਇਹ ਹਰਾਤ ਦੇ ਇਲਾਕੇ ਤੋਂ ਹਜ ਕਰਨ ਲਈ ਸਾਊਦੀ ਅਰਬ ਜਾ ਰਿਹਾ ਮੱਕੇ ਮਦੀਨੇ ਦੀ ਹਜ ਕਰਨ ਲਈ, ਔਰ ਰਸਤੇ ਸਾਰਾ ਈਰਾਨ ਦਾ ਦੇਸ਼ ਲੰਘ ਕੇ ਜਾਣਾ ਸੀ। ਵਿਚਾਰਾ ਪੈਦਲ ਜਾ ਰਿਹਾ ਸੀ ਆਪਣੇ ਚੇਲਿਆਂ ਦੇ ਨਾਲ। ਇਹ ਪਹੁੰਚਿਆ ਸ਼ਹਿਰ ਮਸ਼ਦ, ਇੱਕ ਮੁਸਾਫਰਖਾਨੇ 'ਚ ਗਿਆ। ਅਮੀਰ ਲੋਕਾਂ ਨੇ, ਮੁਸਲਮਾਨ ਜੋ ਹੈ ਮੁਸਲਮਾਨਾਂ ਨੇ, ਅਮੀਰਾਂ ਨੇ ਇਹ ਮੁਸਾਫਰਖਾਨਾ ਬਣਾ ਰੱਖਿਆ ਸੀ ਹਾਜੀਆਂ ਦੇ ਠਹਿਰਨ ਲਈ, ਜਿਸ ਨੂੰ ਧਰਮਸ਼ਾਲਾ ਕਹਿ ਦਿੰਦੇ ਨੇ, ਮੁਸਾਫਰਖਾਨਾ। ਇਹ ਹਸਨ ਗਿਆ ਮੁਸਾਫਰਖਾਨੇ 'ਚ ਵੀ ਅੱਜ ਦੀ ਰਾਤ ਅਸੀਂ ਵੀ ਰਹਿਣਾ ਹੈ, ਸਵੇਰੇ ਜਾਣਾ ਹੈ ਹਜ ਕਰਨ ਨੂੰ, ਮੱਕੇ ਦੀ ਤਰਫ ਚੱਲਣਾ ਹੈ, ਅੱਜ ਦੀ ਰਾਤ ਇੱਥੇ ਠਹਿਰਨਾ ਹੈ। ਹੁਣ ਉਸ ਮੁਸਾਫਰਖਾਨੇ ਦਾ ਜੋ ਮੁੰਤਜ਼ਿਮ ਸੀ, ਇੰਤਜ਼ਾਮੀਆ ਸੀ, ਉਹਨੇ ਆਖਿਆ ਤੁਹਾਨੂੰ ਕੋਈ ਇੱਥੇ ਜਾਣਦਾ, ਜਗ੍ਹਾ ਤਾਂ ਦੇ ਦਿਆਂਗੇ ਪਰ ਦੱਸੋ ਕੋਈ ਤੁਹਾਨੂੰ ਇੱਥੇ ਜਾਣਦਾ ਕੋਈ? ਹਸਨ ਕਹਿਣ ਲੱਗਾ ਹਾਂ ਮੈਨੂੰ ਖੁਦਾ ਜਾਣਦਾ, ਮੈਂ ਖੁਦਾ ਨੂੰ ਜਾਣਦਾ, ਖੁਦਾ ਮੈਨੂੰ ਜਾਣਦਾ। ਪਤਾ ਹੈ ਉਸ ਇੰਤਜ਼ਾਮੀਏ ਨੇ ਕੀ ਆਖਿਆ? ਇਹ ਕੋਈ ਪਾਗਲ ਆ ਗਿਆ, ਪਗਲਾ ਆ ਗਿਆ, ਤੈਨੂੰ ਕੋਈ ਬੰਦਾ ਜਾਣਦਾ? ਉਹ ਕਹਿਣ ਲੱਗਾ ਬੰਦਿਆਂ ਨੂੰ ਪੈਦਾ ਕਰਨ ਵਾਲਾ ਮੈਨੂੰ ਜਾਣਦਾ, ਮੈਂ ਉਸ ਨੂੰ ਜਾਣਦਾ, ਉਹ ਮੈਨੂੰ ਜਾਣਦਾ, ਇਸ ਤੋਂ ਜ਼ਿਆਦਾ ਹੋਰ ਤੈਨੂੰ ਕੀ ਗਵਾਹੀ ਚਾਹੀਦੀ? ਖੁਦਾ ਮੈਨੂੰ ਜਾਣਦਾ। ਉਹ ਇੰਤਜ਼ਾਮੀਆ ਕਹਿਣ ਲੱਗਾ ਸੀ ਤੈਨੂੰ ਜਗ੍ਹਾ ਨਹੀਂ ਦੇ ਸਕਦੇ। ਹਸਨ ਕਹਿੰਦਾ ਖੁਦਾ ਦੇ ਨਾਂ 'ਤੇ ਮੁਸਾਫਰਖਾਨਾ ਬਣਾਇਆ ਤੁਸੀਂ, ਖੁਦਾ ਦੇ ਨਾਂ 'ਤੇ ਮੁਸਾਫਰਖਾਨਾ, ਧਰਮਸ਼ਾਲਾ ਧਰਮ ਦੇ ਨਾਂ 'ਤੇ ਥਾਂ ਬਣਾਈ ਹੈ। ਅਤੇ ਇੱਕ ਧਾਰਮਿਕ ਅਸਥਾਨ ਦੇ 'ਚ ਵੀ ਗਵਾਹੀ ਰੱਬ ਦੀ ਨਹੀਂ ਚੱਲ ਸਕਦੀ, ਪਰਮਾਤਮਾ ਦੀ ਗਵਾਹੀ ਨਹੀਂ ਚੱਲ ਸਕਦੀ। ਮੈਂ ਕਹਿ ਰਿਹਾ ਪਰਮਾਤਮਾ ਮੈਨੂੰ ਜਾਣਦਾ ਔਰ ਮੈਂ ਪਰਮਾਤਮਾ ਨੂੰ ਜਾਣਦਾ। ਕਹਿੰਦੇ ਨੇ ਧੱਕੇ ਮਾਰ ਕੇ ਇਸ ਫਕੀਰ ਨੂੰ ਕੱਢ ਦਿੱਤਾ ਗਿਆ। ਇਸ ਫਕੀਰ ਨੇ ਦੁਆ ਕੀਤੀ ਹੈ ਖੁਦਾ ਤੇਰੇ ਨਾਂ 'ਤੇ ਜਿਹੜਾ ਘਰ ਬਣਾਇਆ ਗਿਆ ਨਾ, ਤੇਰਾ ਨਾਂ 'ਤੇ ਉੱਥੇ ਵੀ ਨਹੀਂ ਚੱਲਦਾ, ਬਾਕੀ ਕਿੱਥੇ ਚੱਲੇਗਾ, ਕਿਹੜੀ ਥਾਂ 'ਤੇ ਚੱਲੇਗਾ? ਤੇਰੇ ਨਾਂ 'ਤੇ ਜੋ ਅਸਥਾਨ ਬਣਾਇਆ ਗਿਆ ਹੈ ਖੁਦਾ, ਤੇਰੀ ਗਵਾਹੀ 'ਤੇ ਉੱਥੇ ਵੀ ਨਹੀਂ ਚੱਲਦੀ, ਤੇਰੀ ਗੱਲ 'ਤੇ ਉੱਥੇ ਵੀ ਕੋਈ ਨਹੀਂ।
ਬਾਕੀ ਮੇਰੇ ਨਾਲ ਕਿਸੇ ਨੇ ਕੀ ਇਨਸਾਫ ਕਰਨਾ ਹੈ? ਇਹ ਤਾਂ ਇੱਥੇ ਵੀ ਨਹੀਂ ਹੈ ਗੱਲ, ਬੜਾ ਗਹਿਰਾ ਕਟਾਕਸ਼ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਬੜੀਆਂ ਕੀਮਤੀਆਂ ਪੰਕਤੀਆਂ, ਕਹੇ ਖੁਦਾਏ ਨਾ ਮਾਨੇ ਕੋਏ, ਲੈ ਦਿੱਤੇ ਬਿਨ ਰਹੇ ਨਾ ਕੋਏ, ਕਹੇ ਖੁਦਾਏ ਨਾ ਮਾਨੇ ਕੋਏ। ਖੁਦਾ ਦੇ ਨਾਂ 'ਤੇ ਇਨਸਾਫ ਲੈਣਾ ਚਾਹੋ, ਕੋਈ ਦੇਣ ਨੂੰ ਤਿਆਰ ਨਹੀਂ। ਖੁਦਾ ਕੀ ਆਉਂਦਾ ਹੈ? ਇੱਥੋਂ ਇੱਕ ਗੱਲ ਸਪਸ਼ਟ ਹੋ ਗਈ, ਜੈਸੇ ਜੈਸੇ ਬੰਦੇ ਦੀ ਤਾਕਤ ਵਧੇਗੀ, ਕਾਮਨਾ ਵਧੇਗੀ, ਔਰ ਆਪਣੀ ਕਾਮਨਾ ਦੀ ਪੂਰਤੀ ਲਈ ਖੁਦਾ ਨੂੰ ਇੱਕ ਪਾਸੇ ਕਰੇਗਾ। ਇਸ ਵਾਸਤੇ ਤਾਕਤ ਦੇ ਮਿਲਦਿਆਂ ਮਨੁੱਖ ਭ੍ਰਸ਼ਟ ਹੋ ਜਾਂਦੇ ਨੇ, ਕਮਜ਼ੋਰ ਇਤਨੇ ਭ੍ਰਸ਼ਟ ਨਹੀਂ ਹੁੰਦੇ। ਕਮਜ਼ੋਰ ਬੰਦਾ ਇਤਨਾ ਭ੍ਰਸ਼ਟ ਨਹੀਂ ਹੁੰਦਾ, ਕਿਉਂਕਿ ਕਮਜ਼ੋਰ ਨੂੰ ਭ੍ਰਸ਼ਟ ਹੋਣ ਲਈ ਮੌਕਾ ਹੀ ਨਹੀਂ। ਤਾਕਤਵਰ ਨੂੰ ਹੈ, ਉਹਦੇ ਕੋਲ ਚਾਦਰ ਹੈ, ਢੱਕ ਦੇਵੇਗਾ ਸਾਰਾ ਅਨਰਥ ਕਰਕੇ। ਤੋ ਕਮਜ਼ੋਰ ਬੰਦਾ ਆਪਣੀ ਕਾਮਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਮੰਨਦਾ ਹੈ, ਤਾਕਤਵਰ ਬੰਦਾ ਆਪਣੀ ਕਾਮਨਾ ਦੀ ਪੂਰਤੀ ਲਈ ਖੁਦਾ ਨੂੰ ਇੱਕ ਪਾਸੇ ਕਰਦਾ ਹੈ, ਪਰਮਾਤਮਾ ਨੂੰ ਇੱਕ ਪਾਸੇ ਕਰਦਾ ਹੈ। ਇਹ ਤਾਂ ਕੋਈ ਇੱਕ ਅੱਧ ਬੰਦਾ ਹੋਵੇਗਾ ਲੱਖਾਂ ਦੇ ਚੋਂ ਇੱਕ ਅੱਧ, ਜੋ ਭਾਵਨਾ ਕਰਕੇ ਪਰਮਾਤਮਾ ਨੂੰ ਮੰਨ ਰਿਹਾ ਹੈ, ਨਹੀਂ ਤਾਂ ਦੁਨੀਆ ਕਾਮਨਾ ਕਰਕੇ ਮੰਨਦੀ। ਅਤੇ ਸਾਹਿਬ ਕਹਿੰਦੇ ਨੇ, ਕਾਹੂੰ ਫਲ ਕੀ ਇੱਛਾ ਨਹੀਂ ਬਾਂਚੇ, ਕੇਵਲ ਭਗਤ ਕੀਰਤਨ ਸੰਗ ਰਾਚੇ। ਕੇਵਲ ਭਗਤੀ ਭਾਵਨਾ ਨਾਲ ਪ੍ਰਭੂ ਦੀ ਕੀਰਤੀ ਗਾਇਨ ਕਰੇ। ਇਹਦਾ ਇਹ ਮਤਲਬ ਨਹੀਂ ਹੈ ਕਿ ਪਰਮਾਤਮਾ ਕੋਈ ਉਸਦੀਆਂ ਲੋੜਾਂ ਹੀ ਨਹੀਂ ਪੂਰੀਆਂ ਕਰਨ ਲੱਗੇ, ਐਸਾ ਬੰਦਾ ਕੋਈ ਕੰਮ ਧੰਦਾ ਕਰਦਾ ਹੀ ਨਹੀਂ। ਨਹੀਂ, ਜਦੋਂ ਧੰਦਾ ਕਰਦਾ ਹੈ ਤਾਂ ਧੰਦਾ ਹੀ ਕਰਦਾ ਹੈ, ਜਦ ਧਰਮ ਕਰਦਾ ਹੈ ਤਾਂ ਧਰਮ ਹੀ ਕਰਦਾ ਹੈ। ਧਰਮ ਕਰਦਾ ਹੈ ਭਾਵਨਾ ਨਾਲ, ਧੰਦਾ ਕਰਦਾ ਹੈ ਕਾਮਨਾ ਨਾਲ। ਗੱਲ ਤਾਂ ਇਤਨੀ ਹੈ, ਕਿਰਤ ਕਰਦਾ ਹੈ ਕਾਮਨਾ ਕਰਕੇ, ਕੀਰਤਨ ਕਰਦਾ ਹੈ, ਕੀਰਤੀ ਕਰਦਾ ਹੈ, ਬਾਣੀ ਪੜ੍ਹਦਾ ਹੈ, ਨਾਮ ਜਪਦਾ ਹੈ ਭਾਵਨਾ ਕਰਕੇ। ਕਹਿੰਦੇ ਨੇ, ਕਾਮਨਾ ਜੋੜ ਦਈਏ ਤਾਂ ਧਰਮ ਵੀ ਧੰਦਾ ਬਣ ਜਾਂਦਾ ਹੈ, ਭਾਵਨਾ ਜੋੜ ਦਈਏ ਤਾਂ ਧੰਦਾ ਵੀ ਧਰਮ ਬਣ ਜਾਂਦਾ ਹੈ, ਧੰਦਾ ਵੀ ਧਰਮ ਬਣ ਜਾਂਦਾ ਹੈ। ਇੱਕ ਉਦਾਹਰਣ ਮੈਂ ਦਿਆਂ, ਚੌਂਕ 'ਤੇ ਬੈਠਾ ਰਵਿਦਾਸ ਜੁੱਤੀਆਂ ਗੰਢਦਾ ਹੈ, ਧੰਦਾ ਹੈ। ਕੋਈ ਜੁੱਤੀ ਗੰਢਾਉਣ ਲਈ ਆਉਂਦਾ ਹੈ ਤਾਂ ਜਿਤਨੀ ਦੇਰ ਦੇ 'ਚ ਉਸਦੀ ਜੁੱਤੀ ਗੰਢਦਾ ਹੈ, ਇਹ ਰਵਿਦਾਸ ਕੋਸ਼ਿਸ਼ ਕਰਦਾ ਉਤਨੀ ਦੇਰ ਤੱਕ ਇਹਨੂੰ ਰੱਬ ਦੀਆਂ ਗੱਲਾਂ ਵੀ ਸੁਣਾਈ ਜਾਵਾਂ, ਇਹਦੀ ਸੁਰਤ ਨੂੰ ਵੀ ਰੱਬ ਨਾਲ ਜੋੜਾਂ। ਉਹ ਜੁੱਤੀ ਵੀ ਗੰਢਦਾ ਹੈ, ਅਗਲੇ ਦਾ ਦਿਲ ਵੀ ਰੱਬ ਨਾਲ ਗੰਢਦਾ ਹੈ, ਉਹਦਾ ਧੰਦਾ ਧਰਮ ਬਣਿਆ ਹੋਇਆ ਹੈ। ਨਾਮਦੇਵ ਕੱਪੜਿਆਂ ਨੂੰ ਛਿੰਮਦੇ ਨੇ, ਰੰਗਦੇ ਨੇ, ਪਰ ਕੱਪੜੇ ਰੰਗਾਉਣ ਲਈ ਜਿਹੜਾ ਕੱਪੜੇ ਲਿਆਵੇ ਉਹਦੀ ਕੋਸ਼ਿਸ਼ ਹੁੰਦੀ ਸੀ, ਇਹਦਾ ਦਿਲ ਦਿਮਾਗ ਵੀ ਰੱਬੀ ਰੰਗ ਨਾਲ ਰੰਗਾ। ਸਿਰਫ ਕੱਪੜਾ ਹੀ ਕਿਉਂ ਰੰਗਾ? ਰੰਗਨ ਰੰਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਹੋ। ਰਾਮ ਨਾਮ ਦਾ ਰੰਗ ਉਹ ਆਪਣੇ ਮਨ 'ਤੇ ਚਾੜਦਾ ਹੈ, ਕੱਪੜਿਆਂ 'ਤੇ ਵੀ ਰੰਗ ਚਾੜਦਾ ਹੈ, ਅਗਲਿਆਂ ਦੇ ਕੱਪੜਿਆਂ ਨੂੰ ਰੰਗਦਾ ਹੈ, ਅਗਲਿਆਂ ਦੇ ਮਨ ਨੂੰ ਵੀ ਰੰਗਣ ਦੀ ਕੋਸ਼ਿਸ਼ ਕਰਦਾ, ਧੰਦਾ ਵੀ ਧਰਮ ਹੈ। ਤਕੜੀ ਤੋਲ ਰਹੇ ਨੇ ਗੁਰੂ ਨਾਨਕ, ਇੱਕ ਦੋ ਤੋਲਦਿਆਂ ਤੋਲਦਿਆਂ ਤੇਰਾ ਨਿਕਲਿਆ ਮੋਚ, ਜੁੜ ਗਈ ਸੁਰਤ। ਤਕੜੀ ਤੋਲਦਿਆਂ ਵੀ ਸੁਰਤ ਪ੍ਰਭੂ ਨਾਲ ਜੁੜ ਗਈ, ਬਾਣੀ ਪੜ੍ਹਦਿਆਂ ਵੀ ਕਈਆਂ ਦੀ ਨਹੀਂ ਜੁੜਦੀ। ਜੁੱਤੀਆਂ ਗੰਢਦਿਆਂ ਵੀ ਆਪਣਾ ਦਿਲ ਰੱਬ ਨਾਲ ਗੰਢ ਲੈਂਦਾ ਹੈ, ਅਗਲਿਆਂ ਦਾ ਵੀ ਗੰਢ ਛੱਡਦਾ ਹੈ। ਇੱਥੇ ਕਥਾ ਕੀਰਤਨ ਸੁਣਦਿਆਂ ਜਾਂ ਕਰਦਿਆਂ ਵੀ ਨਹੀਂ ਦਿਲ ਦਿਮਾਗ ਜੁੜਦਾ।
ਕੱਪੜਿਆਂ ਨੂੰ ਰੰਗਦਿਆਂ ਹੋਇਆਂ ਵੀ ਕੋਈ ਆਪਣਾ ਮਨ ਰੰਗ ਲੈਂਦਾ ਹੈ ਅਤੇ ਦੂਜਿਆਂ ਨੂੰ ਰੰਗਦਾ ਹੈ। ਲੇਕਿਨ ਇੱਥੇ ਗੁਰਦੁਆਰੇ ਬੈਠੇ ਹੋਇਆਂ ਵੀ ਕਈ ਕੋਰੇ ਰਹਿ ਜਾਂਦੇ ਨੇ, ਗੁਸਤਾਖੀ ਮਾਫ। ਉਹਨਾਂ ਭਗਤਾਂ ਦਾ ਧੰਦਾ ਵੀ ਧਰਮ ਸੀ, ਉਹਨਾਂ ਦੇ ਧੰਦੇ ਵਿੱਚ ਧਰਮ ਦੀ ਮਹਿਕ ਸੀ। 99% ਧਾਰਮਿਕ ਲੋਕਾਂ ਦੇ ਧਰਮ ਕਰਮ ਵਿੱਚ ਵੀ ਧੰਦੇ ਦੀ ਮਹਿਕ ਆਉਂਦੀ ਹੈ, ਧਰਮ ਦੀ ਨਹੀਂ, ਕਿਉਂਕਿ ਕਾਮਨਾ ਹੈ। ਮੈਂ ਅਰਜ਼ ਕਰਾਂ, ਇੱਕ ਸਟੇਜ ਤੱਕ ਕਾਮਨਾ ਦੀ ਗੱਲ ਹੈ। ਮੁਹੰਮਦ ਸਾਹਿਬ ਨੇ ਵੀ ਲਾਲਚ ਦਿੱਤਾ, ਨਮਾਜ਼ ਪੜ੍ਹੋ, ਇਹ ਮਿਲੇਗਾ, ਇਹ ਮਿਲੇਗਾ, ਇਹ ਮਿਲੇਗਾ। ਜਿਵੇਂ ਹੁਣ ਸਕੂਲੇ ਪੜ੍ਹਨ ਨਹੀਂ ਜਾਂਦਾ ਬੱਚਾ, ਤਾਂ ਉਹਨੂੰ ਟੋਫੀਆਂ ਦਿੰਦੇ ਆ, ਸਕੂਲ ਦੀ ਟੀਚਰ ਉਹਨੂੰ ਟੋਫੀਆਂ ਇਤਿਆਦਕ ਦੇ ਦਿੰਦੀ ਹੈ, ਛੋਟੀ ਬੱਚੀ ਨੂੰ, ਛੋਟੇ ਬੱਚਿਆਂ ਨੂੰ। ਬੱਚੇ ਦਾ ਮਨ ਵਹਿਲ ਜਾਂਦਾ ਵੀ ਠੀਕ, ਟੋਫੀਆਂ ਮਿਲਦੀਆਂ ਨੇ, ਹੁਣ ਟੋਫੀਆਂ ਖਾਣ ਲਈ ਥੋੜ੍ਹੀ ਸਕੂਲ ਜਾਣਾ ਹੈ। ਪਰ ਮਤਲਬ ਤਾਂ ਇੰਨਾ ਹੀ ਹੁਣ ਆਵੇ, ਇਹਦੀ ਆਦਤ ਬਣੇ। ਇਹ ਤੇਰੀ ਇੱਛਾ ਪੂਰੀ ਹੋਵੇਗੀ, ਇਹ ਤੇਰੀ ਇੱਛਾ ਪੂਰੀ ਹੋਵੇਗੀ, ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਆਖਿਆ। ਗੁਰਬਾਣੀ 'ਚ ਦੋਵੇਂ ਭਾਵ ਨੇ, ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾ। ਪਰ ਐਸਾ ਵੀ ਹੈ, ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ, ਗੁਰਮੁਖ ਭੈ ਨਿਰਾਸ, ਸੁਖ ਫਲ ਪਾਇਆ। ਬੜਾ ਦੁੱਖ ਹੈ ਇੱਛਾਵਾਂ ਵਿੱਚ। ਇੱਕ ਇੱਛਾ ਪੂਰੀ ਆਉਂਦੀ ਹੈ, 10 ਹੋਰ ਪੈਦਾ ਹੁੰਦੀਆਂ ਨੇ, ਇੱਕ ਪੂਰੀ ਆਉਂਦੀ ਹੈ, 10 ਹੋਰ ਜਾਗ ਪੈਂਦੀਆਂ ਨੇ, ਬੜਾ ਦੁੱਖ ਹੈ। ਆਸਾ ਮਨਸਾ ਸਗਲ ਤੇ ਆ ਗਏ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੇ ਨਾ ਹਿੰ ਤੇ ਘਟ ਬ੍ਰਹਮ ਨਿਵਾਸਾ। ਇਹ ਵੀ ਠੀਕ ਹੈ ਕਿ ਸਾਰੀਆਂ ਇੱਛਾਵਾਂ ਦਾ ਤਿਆਗ ਕਰ ਦੇਣਾ ਹੈ ਤੇ ਕਠਿਨ ਜਿਹੀ ਗੱਲ। ਪਰ ਸਾਹਿਬ ਕਹਿੰਦੇ ਨੇ, ਆਸਾ ਮਾਹੇ ਨਿਰਾਸ ਵਲਾਏ, ਨੇਚੋ ਨਾਨਕ ਕਰਤੇ ਪਾਏ। ਇੱਛਾ ਪੂਰੀ ਹੋ ਗਈ ਤੇ ਭਗਤ ਸਮਝਦਾ ਪ੍ਰਭੂ ਦੀ ਇੱਛਾ ਵੀ ਇਹੀ ਸੀ ਤਾਂ ਪੂਰੀ ਹੋਈ ਹੈ, ਤੇ ਜੇ ਨਹੀਂ ਪੂਰੀ ਹੋਈ ਤਾਂ ਕਹਿੰਦਾ ਪਰਮਾਤਮਾ ਦੀ ਇੱਛਾ ਕੁਝ ਹੋਰ ਸੀ, ਮੈਂ ਰਾਜ਼ੀ ਹਾਂ, ਮੈਂ ਉਹਦੀ ਰਜ਼ਾ ਵਿੱਚ ਰਾਜ਼ੀ। ਇਹਨੂੰ ਕਹਿੰਦੇ ਨੇ ਆਸਾ ਵਿੱਚ ਨਿਰਾਸ਼ ਹੋ ਕੇ ਰਹਿਣਾ। ਆਸਾ ਮਾਏ ਨਿਰਾਸ਼ ਵਲਾਏ, ਨੇਚੋ ਨਾਨਕ ਕਰਤੇ ਪਾਏ। ਜੋ ਪਰਮਾਤਮਾ ਦੀ ਕਾਮਨਾ ਨਾਲ ਆਪਣੀ ਕਾਮਨਾ ਜੋੜ ਦੇਵੇ ਭਗਤ, ਅਤੇ ਜਿਹੜਾ ਆਖੇ ਪਰਮਾਤਮਾ ਤੂੰ ਆਪਣੀ ਕਾਮਨਾ ਇੱਕ ਪਾਸੇ ਕਰ, ਮੇਰੀ ਪੂਰੀ ਕਰ, ਸੰਸਾਰੀ, ਇਸੇ ਨੂੰ ਕਹਿੰਦੇ ਨੇ ਕਰਮ ਧਰਮ, ਕਰਮ ਧੰਦਾ। ਕਾਮਨਾ ਕਰਕੇ ਅਗਰ ਉਹ ਕਰਮ ਕੀਤੇ ਜਾ ਰਹੇ ਨੇ ਜੋ ਧਾਰਮਿਕ ਦਿਖਾਈ ਦਿੰਦੇ ਨੇ, ਸਾਹਿਬ ਕਹਿੰਦੇ ਇਹਦੇ ਨਾਲ ਪਰਮਾਤਮਾ ਦਾ ਮਿਲਾਪ ਨਹੀਂ ਹੋਵੇਗਾ। ਕਿਹੜੇ ਕਰਮ ਪਾਠ ਪੜਿਓ, ਅਰ ਬੇਦ ਵਿਚਾਰਿਓ, ਨਿਵਲ ਭੁਯੰਗਮ ਸਾਦੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਕ ਅਹਮ ਬੁੱਧ ਬਾਦੇ, ਪਿਆਰੇ ਇਨ ਵਿਧ ਮਿਲਣ ਨਾ ਜਾਈ। ਇਸ ਵਿਧੀ ਨਾਲ ਮੁਲਾਕਾਤ ਕੋਈ ਨਹੀਂ ਰੱਬ ਦਾ। ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਹੇ ਪ੍ਰਭੂ ਤੂੰ ਵਿਵੇਕ ਬੁੱਧੀ ਦੇ, ਤਾਂ ਕਿ ਮੈਂ ਉਹ ਕਰਮ ਕਰਾਂ ਜਿਸ ਕਰਕੇ ਤੇਰਾ ਮਿਲਾਪ ਹੋਵੇ। ਸਾਹਿਬ ਕਹਿੰਦੇ ਨੇ ਇਹਨਾਂ ਕਰਮਾਂ ਨਾਲ ਤੇ ਮਿਲਾਪ ਕੋਈ ਨਹੀਂ। ਪਾਠ ਕਰਦੇ ਹਾਂ, ਪਾਠ ਭਾਵਨਾ ਨਾਲ ਕੀਤਾ ਧਰਮ, ਕਾਮਨਾ ਨਾਲ ਕੀਤਾ ਧੰਦਾ। ਮੈਂ ਅਰਜ਼ ਕਰਾਂ, ਧੰਦੇ ਦੀ ਨਿੰਦਾ ਨਹੀਂ ਹੈ, ਕਤਈ ਨਿੰਦਾ ਨਹੀਂ ਹੈ, ਪਰ ਧੰਦੇ ਨੂੰ ਵੀ ਧਰਮ ਬਣਾਇਆ ਜਾ ਸਕਦਾ ਹੈ। ਇਹ ਵੀ ਹੈ, ਉਹਦੇ 'ਚ ਭਾਵਨਾ ਜੋੜ ਦਈ ਹੈ, ਕਾਮਨਾ ਰੱਬ 'ਤੇ ਛੋੜ ਦਈ ਹੈ, ਰੱਬ ਆਪੇ ਪੂਰੀ ਕਰਦਾ। ਫਿਰ ਉਹਨੂੰ ਫਿਕਰ ਹੈ, ਇੱਕ ਮਾਂ ਨੂੰ ਫਿਕਰ, ਇਸ ਮਾਸੂਮ ਬੱਚੇ ਨੂੰ ਕੀ ਚਾਹੀਦਾ ਹੈ। ਕਿਆ ਪਰਮਾਤਮਾ ਨੂੰ ਇਤਨਾ ਵੀ ਨਹੀਂ ਪਤਾ
ਅਗਾਂਹ ਚੱਲ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਈ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੇ ਨਾਈ। ਹੁਣ ਸਾਰੇ ਕਰਮ ਧਾਰਮਿਕ ਨੇ, ਮਨ ਕਾਮਨਾ ਤੀਰਥ ਜਾਏ ਬਰਸਿਓ, ਹੈ ਤੇ ਕਾਮਨਾ, ਕਾਮਨਾ ਕਰਕੇ ਮੋਨੀ ਬਣਿਆ, ਕਾਮਨਾ ਕਰਕੇ ਪਾਠ ਪਿਆ ਕਰਦਾ, ਕਾਮਨਾ ਕਰਕੇ ਤੀਰਥਾਂ ਤੇ ਚਲਾ ਗਿਆ, ਐ ਕਾਮਨਾ ਪੂਰੀ ਹੋਵੇ ਜਾਂਦੇ ਪਏ ਤੀਰਥਾਂ ਤੇ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰ ਵਰਤ ਧਰਾਏ, ਮਨ ਕੀ ਮੈਲ ਨਾ ਉਤਰੇ, ਇਹ ਬਿਦ ਜੇ ਲਖ ਜਤਨ ਕਰਾਏ। ਤੇ ਕਾਮਨਾ ਕਰਕੇ ਦਾਨ ਕੀਤਾ, ਮਾਮੂਲੀ ਨੀ, ਮੈਂ ਮੁਖਤਸਰ ਕਰਾਂ, ਕਿੰਨਾ ਕੁ ਦਾਨ ਕੀਤਾ, ਕਨਕ ਕਾਮਨੀ ਹੈਵਰ ਗੈਵਰ, ਬਹੁ ਬਿਦ ਦਾਨ ਦਾ ਤਾਰਾ, ਅੰਨ ਵਸਤ੍ਰ ਭੂਮ ਬਹੁ ਅਰਪੇ, ਨੈ ਮਿਲੀਏ ਹਰ ਦੁਆਰਾ। ਹਰੀ ਦੇ ਦੁਆਰ ਦੀ ਪ੍ਰਾਪਤੀ ਨਾ ਹੋਈ, ਕਾਰਨ ਹਰੀ ਦਾ ਚਿੰਤਨ ਹੋ ਰਿਹਾ ਹਰੀ ਦੀ ਪ੍ਰਾਪਤੀ ਲਈ ਨਹੀਂ, ਆਪਣੀ ਕਾਮਨਾ ਦੀ ਪ੍ਰਾਪਤੀ ਲਈ। ਕਿਆ ਉਹਨਾਂ ਦੀ ਪੂਰਤੀ ਹੁੰਦੀ ਹੈ? ਸਾਹਿਬ ਕਹਿੰਦੇ ਨੇ ਹਾਂ, ਆਖੇ ਮੰਗੇ ਦੇਹੇ ਦੇਹੇ, ਦਾਤ ਕਰੇ ਦਾਤਾ, ਉਹ ਦਾਤਾ ਦਿੰਦਾ ਇਹਨਾਂ ਨੂੰ, ਠੀਕ ਹੈ, ਕਾਮਨਾ ਕਰਕੇ ਕਰਦੇ ਪਏ ਨੇ, ਠੀਕ ਹੈ, ਵਿਅਰਥ ਨਹੀਂ ਜਾਂਦੀ। ਇੱਕ ਤਿਲ ਨਹੀਂ ਭੰਨੇ ਘਾਲੇ, ਇੱਕ ਤਿਲ ਜਿਤਨਾ ਕੀਤਾ ਕਰਮ ਵੀ ਵਿਅਰਥ ਨਹੀਂ ਜਾਂਦਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇੱਕ ਤਿਲ ਜਿੰਨੀ ਕੀਤੀ ਸੇਵਾ, ਇੱਕ ਤਿਲ ਜਿਤਨਾ ਕੀਤਾ ਪੁੰਨ, ਇੱਕ ਤਿਲ ਜਿਤਨਾ ਕੀਤਾ ਪਾਠ, ਇੱਕ ਤਿਲ ਜਿਤਨਾ ਕੀਤਾ ਦਾਨ, ਵਿਅਰਥ ਨਹੀਂ ਜਾਂਦਾ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੇ ਘਾਲੇ। ਕਾਮਨਾ ਕਰਕੇ ਕੀਤਾ ਉਹਨੂੰ ਭਾਗ ਲੱਗਦਾ, ਭਾਵਨਾ ਕਰਕੇ ਕੀਤਾ ਉਹਨੂੰ ਭਾਗ ਲੱਗਦਾ। ਕਾਮਨਾ ਕਰਕੇ ਕੀਤਾ ਤਾਂ ਮਨੁੱਖ ਦੀ ਕੋਈ ਸੰਸਾਰਿਕ ਤਲ 'ਤੇ ਉੱਨਤੀ ਹੋ ਜਾਂਦੀ ਹੈ, ਪਦਾਰਥਾਂ ਦੇ ਤਲ 'ਤੇ। ਭਾਵਨਾ ਕਰਕੇ ਕੀਤਾ ਤਾਂ ਪਰਮਾਤਮਾ ਦੀ ਦੁਨੀਆਂ 'ਚ ਗਤੀ ਹੋ ਜਾਂਦੀ ਹੈ, ਪਰਮ ਰਸ ਦੀ ਦੁਨੀਆਂ 'ਚ ਜੋ ਹੈ ਗਤੀ ਹੋ ਜਾਂਦੀ ਹੈ। ਭਾਵਨਾ ਕਰਕੇ ਕੋਈ ਕਰਮ ਕਰੇ, ਲੱਖਾਂ 'ਚ ਦੋ ਚਾਰ ਆਉਂਦੇ ਨੇ, ਜ਼ਿਆਦਾ ਨਹੀਂ, ਬਾਕੀ ਦੁਨੀਆਂ ਕਾਮਨਾ ਕਰਕੇ। ਸਾਹਿਬ ਅਗਾਂਹ ਕਹਿੰਦੇ ਨੇ, ਆਖੇ ਮੰਗੇ ਦੇਹੇ ਦੇਹ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਏ ਜਿ ਦਿਸੇ ਦਰਬਾਰ। ਫਿਰ ਕੀ ਰੱਖੀਏ, ਕਿਉਂਕਿ ਕਾਮਨਾ ਕਰਕੇ ਕਰਮ ਜੋ ਕਰੀਏ ਤਾਂ ਉਹਦੇ ਨਾਲ ਦਾਤ ਮਿਲ ਜਾਂਦੀ ਹੈ, ਦਾਤਾ ਦੇ ਦਿੰਦਾ, ਤਾਂ ਫਿਰ ਪ੍ਰਭੂ ਦੇ ਅੱਗੋਂ ਕੀ ਰੱਖੀਏ।